ਮਿਲਣਗੇ ਭਾਜੀ ਨਵੇਂ ਇੰਜਨ ਪੇਟੀ ਬੰਦ ਬਿਲਕੁਲ 22 23 ਮਾਡਲ ਦੇ ਅੱਛਾ ਜੀ 22 23 ਮਾਡਲ ਪੇਟੀ ਬੰਦ ਇੰਜਨ ਆਪ ਪਏ ਹੋਏ ਜਮਾ ਸੁਣ ਲਿਖਾ 90 ਦੇ 75 ਦੇ ਜੀ ਇਹ ਕਿੰਨੇ ਕੁ ਰੇਂਜ ਆ ਜੇ ਇੰਜਨ ਦੇ ਕੇ ਆਪਾਂ ਸੁਣਨ ਲਈ ਕਾ 50 ਦਾ ਹੀ ਜ਼ਿਆਦਾ ਟਾਈਮ ਭਾਜੀ ਉਹ ਤਾਂ ਕੱਟ ਕੇ ਮਾਡਲ ਦੇ ਹਿਸਾਬ ਨਾਲ ਹੈ ਕੋਈ 1 ਲੱਖ ਰੁਪਏ ਕੋਈ 80,000 ਰੁਪਏ ਕੋਈ ਅਲੱਗ ਅਲੱਗ ਹੈ ਜੀ ਅੱਛਾ ਮੁੱਕੇ ਦੀ ਗੱਲ ਹੈ ਤੇ 3 ਸਪੀਡ ਦਾ ਗੇਅਰ ਵੀ ਮਿਲ ਜਾਂਦਾ ਜੀ ਆਪਣੇ ਕੋਲ ਗੇਅਰ ਬਾਕਸ ਕੰਪਲੀਟ ਹੈ ਜੀ 3 ਸਪੀਡ ਦੇ ਵੀ ਮਿਲ ਜਾਂਦੇ ਜੀ ਗੇਅਰ 3 ਸਪੀਡ ਦੀ ਕਿੱਟਾਂ ਵੀ ਮਿਲ ਜਾਂਦੀਆਂ ਜੀ 3 ਸਪੀਡ ਦੇ ਗੇਅਰ ਵੀ ਮਿਲ ਜਾਂਦੇ ਆ ਜੀ ਤੇ ਜੇ ਕਿੱਟ ਦੀ ਗੱਲ ਕਰੀਏ ਉਹ ਕਿੰਨੇ ਕੁ ਦੀ ਪੈ ਜਾਂਦੀ ਜਿਵੇਂ ਸੋਨਾਲੀਕਾ ਜਿਹੜੀ ਕਿੱਟ ਕੋਈ ਵੀ ਲੈ ਲਓ 3 ਸਪੀਡ ਦੀ 25,000 ਰੁਪਏ ਦੀ ਰੇਂਜ ਚ ਹੈ ਜੀ ਸੋਨਾਲੀਕਾ ਲੈ ਲਓ ਸਵਰਾਜ ਲੈ ਲਓ 25,000 ਰੁਪਏ ਦੀ ਰੇਂਜ ਦੀ ਹੈ ਅੱਛਾ ਜੀ ਤੇ ਜੇ ਗੱਲ ਕਰੀਏ ਆਪਾਂ ਗੇਅਰ ਕੰਪਲੀਟ ਲੈ ਜਾਣਾ ਗੇਅਰ ਦੇ ਕੇ 3 ਸਪੀਡ ਦਾ ਲੈ ਜਾਣਾ ਹੋਵੇ ਗੇਅਰ ਉਹ ਬਹੁਤ ਘੱਟ ਹੈ ਜੀ ਉਹ ਸਾਡੇ ਕੋਲ ਇਸ ਟਾਈਮ ਸੋਨਾਲੀਕਾ ਇੱਕ 3 ਸਪੀਡ ਦਾ ਗੇਅਰ ਆਇਆ ਹੈਗਾ ਜੀ ਕੋਈ ਕਸਟਮਰ ਦੇ ਗਏ ਨੇ ਸਾਨੂੰ ਬੱਲੇ ਦੇ ਵਿਚਕਾਰ ਤੇ ਸਾਨੂੰ ਉਹ ਕਹਿ ਰਹੇ ਨੇ ਜੀ ਉਹ ਬਾਹਰ ਗੇਅਰ ਪਿਆ ਮੈਂ ਤੁਹਾਨੂੰ ਬਾਹਰ ਨਿਕਾਲ ਮਰਵਾ ਦੇਣਾ ਅੱਛਾ ਜੀ ਉਹ 3 ਸਪੀਡ ਦਾ ਗੇਅਰ ਹੈ ਜੀ ਸੋਨਾਲੀਕਾ DI-55 ਦਾ DI-55 ਦਾ ਸ਼ਟਲ ਗੇਅਰ ਵਾਲਾ ਸ਼ਟਲ ਗੇਅਰ ਵਾਲਾ ਹਾਂਜੀ ਹਾਂਜੀ ਉਹ ਠੀਕ ਹੈ ਜੀ ਤੇ ਕੰਟਰੈਕਟਰ ਦੇ ਜਿਵੇਂ ਪੰਪ ਕਲੱਚ ਪਲੇਟਰ ਅੱਛਾ ਜੀ ਤੇ ਜੇ ਗੱਲ ਕਰੀਏ ਡਿਸਟ੍ਰੀਬਿਊਟਰ ਸਟਾਰ ਕਿਟ ਵਗੈਰਾ ਵੀ ਆਪਣੇ ਕੋਲੇ ਆ ਜਾਂਦਾ